2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਇਸ ਵਕਤ ਹੌਟ ਸੀਟ ਬਣੀ ਹੋਈ ਹੈ। ਗੱਲ ਕੀਤੀ ਜਾਏ ਜਿਵੇਂ ਜਿਵੇਂ ਚੋਣਾਂ ਦਾ ਵਕਤ ਨਜ਼ਦੀਕ ਆ ਰਿਹਾ ਹੈ ਉਵੇਂ ਹੀ ਉਮੀਦਵਾਰ ਡੇਰਾ ਸੱਚਖੰਡ ਬੱਲਾ ਨਤਮਸਤਕ ਹੋਣ ਲਈ ਪਹੁੰਚਣਾ ਸ਼ੁਰੂ ਹੋ ਜਾਂਦੇ ਨੇ। ਅਜੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਉਹਨਾਂ ਦੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਵੀ ਮੌਜੂਦ ਰਹੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਜਦ ਵੀ ਕਿਸੇ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਤਾਂ ਦਿਲ ਵਿੱਚ ਹੁੰਦਾ ਹੈ ਕਿ ਆਪਣੇ ਗੁਰੂ ਮਹਾਰਾਜ ਦੇ ਚਰਣਾਂ ਵਿੱਚ ਨਤਮਸਤਕ ਹੋਈਏ। ਅੱਗੇ ਉਹਨਾਂ ਤੋਂ ਸਵਾਲ ਕੀਤਾ ਗਿਆ ਕਿ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਤੁਹਾਡੇ ਤੱਕ ਕੋਈ ਬਿਆਨ ਨਹੀਂ ਦੇਣਗੇ। ਇਸ ਨੂੰ ਲੈ ਕੇ ਉਹਨੇ ਕਿਹਾ ਕਿ ਸ਼ਿਸ਼ਟਾਚਾਰ ਵੀ ਇਹੀ ਕਹਿੰਦਾ, ਮੇਰੇ ਰਿਸ਼ਤੇਦਾਰ ਵੀ ਹੈ ਅਤੇ ਬਾਕੀ ਉਹਨਾਂ ਨੇ ਆਪਣੀ ਪਾਰਟੀ ਲਈ ਕੰਮ ਕਰਨਾ ਹੈ ਅਤੇ ਮੈਂ ਆਪਣੀ ਪਾਰਟੀ ਲਈ ਕੰਮ ਕਰਨਾ ਹੈ। ਹਾਂ ਸਰ, ਕੀ ਨਾਂ ਕੀ ਜੀ ਆਪਣਾ? ਮੇਰਾ ਨਾਂ ਹੈਗਾ ਜੀ ਐਸ ਆਈ ਗੁਰਦੀਪ ਸਿੰਘ। ਸਰ, ਕੀ ਮਾਮਲਾ ਕੀ ਹੈ ਜੀ? ਮਾਮਲਾ ਇਹ ਹੈਗਾ ਜੀ, ਇਹ ਗੱਡੀ ਆ ਰਹੀ ਆ ਪਿਆਜ਼ ਦੀ ਭਰੀ ਦੀ ਮਹਾਰਾਸ਼ਟਰ ਤੋਂ ਜੀ, ਤੇ ਇਹ ਮੈਨੂੰ ਲੱਗਦਾ ਰਾਤ ਸੁੱਤਾ ਨਹੀਂ ਆ। ਅੱਛਾ ਜੀ। ਇਹ ਨੀਂਦਰੇ ਦੇ ਵਿੱਚ ਲਿਆ ਕੇ ਗੱਡੀ ਦਰਖਤ ਵਿੱਚ ਮਾਰੀ ਆ ਜੀ, ਤੇ ਉਹ ਦਰਖਤ ਵਿੱਚ ਵੱਜਣ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਤੇ ਹੋਇਆ ਨੀ ਜੀ, ਤੇ ਇਹ ਗੱਡੀ ਦਾ ਨੁਕਸਾਨ ਹੋ ਗਿਆ। ਦਰਖਤ ਜਿਹੜਾ ਟੁੱਟਿਆ ਉਹਨੂੰ ਸਾਫ਼ ਕਰਾ ਦਿੱਤਾ, ਆਪਾਂ ਪਰੀ ਸਾਈਡ ਤੇ ਕਰਾ ਦਿੱਤਾ ਜੀ। ਇਹ ਸਾਡੀ ਐਸ ਐਸ ਐਫ ਵੱਲੋਂ ਟੀਮ ਹੈਗੀ ਆ ਜੀ, ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਹੋਣਾ ਨੇ ਜਿਹੜੀ ਟੀਮ ਚਲਾਈ ਆ ਜੀ, ਉਹਨਾਂ ਨੂੰ ਅਸੀਂ ਕੰਮ ਕਰ ਰਹੇ ਹਾਂ ਜੀ ਹੈਗਾ ਜੀ। ਸਰ, ਜਿੱਦਾਂ ਕਿ ਦੇਖ ਕੋਈ ਡਰਾਈਵਰ ਨੇ ਨਸ਼ਾ ਵਗੈਰਾ ਕੀਤਾ ਸੀ ਕੁਛ? ਇੱਦਾਂ ਨਹੀਂ, ਨਸ਼ਾ ਤਾਂ ਕਹਿੰਦੇ ਅਸੀਂ ਕਰਦੇ ਨਹੀਂ, ਅਸੀਂ ਬੈਂਕ ਵੀ ਕੀਤਾ ਉਹਨਾਂ ਨੇ ਪਿੱਛੋਂ ਵੀ ਕਹਿ ਰਹੇ ਨਸ਼ਾ ਤਾਂ ਅਸੀਂ ਕਰਦੇ ਨਹੀਂ, ਕਹਿ ਰਹੇ ਨਸ਼ਾ ਤਾਂ ਕਰਦਾ ਨਹੀਂ ਹੈਗਾ ਜੀ। ਬਾਕੀ ਇਹ ਸੁੱਕਾ ਮਰ ਨਸ਼ਾ ਨੁਸ਼ਾ ਖਾਧਾ ਹੋਏ ਤਾਂ ਅਸੀਂ ਕਹਿ ਨਹੀਂ ਸਕਦੇ ਕੁਛ ਜੀ। ਡਰਾਈਵਰ ਸਰ ਇਕੱਲਾ ਹੀ ਸੀਗਾ ਕਿ ਨਾਲ ਦੋ ਸੀਗੇ ਜੀ? ਨਹੀਂ, ਡਰਾਈਵਰ ਇਕੱਲਾ ਹੀ ਸੀਗਾ ਜੀ। ਸਰ, ਜਿੱਦਾਂ ਕਿ ਇੰਨੀ ਦੂਰੋਂ ਆ ਰਹੇ ਡਰਾਈਵਰ ਇਕੱਲਾ ਆ ਰਿਹਾ ਤੇ ਤੁਸੀਂ ਇਹਦੇ ਬਾਰੇ ਕੁਛ? ਚਾਹੀਦਾ ਜੀ, ਵੈਸੇ ਤਾਂ ਚੱਲਦੇ ਦੋ ਡਰਾਈਵਰ ਇੱਕ ਹੈਲਪਰ ਚਾਹੀਦਾ ਜੀ।